ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੋ ਕਿਸਾਨ ਵੀਰ YouTube ਤੇ ਦੇਖ ਰਹੇ ਹਨ ਉਹ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੋ ਕਿਸਾਨ ਵੀਰ Facebook ਤੇ ਦੇਖ ਰਹੇ ਹਨ ਉਹ ਸਾਡੀ ਖੇਤੀ ਪੇਜ ਨੂੰ ਲਾਈਕ ਕਰ ਲੈਣ ਅੱਜ ਗੱਲ ਕਰਦੇ ਹਾਂ ਜੋ ਕਣਕ ਵਿੱਚ ਆਉਣ ਵਾਲੀ ਪੀਲੀ ਕੁੰਗੀ ਹੈ ਉਸ ਦੇ ਕਾਰਨ ਤੇ ਨਿਸ਼ਾਨੀਆਂ ਤੇ ਰੋਕத் ਥਾਮ ਜਾਂ ਇਲਾਜ ਕੀ ਹੈ ਨੰਬਰ 1 ਤੇ ਆਪਾਂ ਗੱਲ ਕਰਦੇ ਹਾਂ ਨਿਸ਼ਾਨੀਆਂ ਨਿਸ਼ਾਨੀਆਂ ਇਹ ਬਿਮਾਰੀ ਪੱਤਿਆਂ ਤੇ ਦਿਖਾਈ ਦਿੰਦੀ ਹੈ ਪੱਤਿਆਂ ਦੇ ਉੱਪਰ ਪੀਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦ ਆਪ ਪੱਤਿਆਂ ਨੂੰ ਝਾੜਦੇ ਹਾਂ ਜਾਂ ਆਪਾਂ ਬਿਮਾਰੀ ਵਾਲੇ ਖੇਤ ਦੇ ਵਿੱਚੋਂ ਦੀ ਲੰਘਦੇ ਹਾਂ ਤਾਂ ਆਪਣੇ ਕੱਪੜਿਆਂ ਨੂੰ ਇਹ ਜਵਾਣੂ ਲੱਗ ਜਾਂਦੇ ਹਨ। ਇਹ ਹੀ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਬਿਮਾਰੀ ਦੇ ਫੈਲਣ ਦੇ ਕਾਰਨ ਕੀ ਹਨ। ਜਦ ਪਹਾੜੀ ਇਲਾਕਿਆਂ ਵਿੱਚ ਕਣਕ ਵੱਢੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਬਿਮਾਰੀ ਵਾਲੇ ਖੇਤ ਵਿੱਚ ਜਦ ਕਣਕ ਦੁਆਰਾ ਉਗਦੀ ਹੈ ਜਾਂ ਦੁਆਰਾ ਬੀਜੀ ਜਾਂਦੀ ਹੈ ਤਾਂ ਇਹ ਬਿਮਾਰੀ ਉਨ੍ਹਾਂ ਕਣਕ ਦੇ ਉੱਪਰ ਜਾ ਕੇ ਚਲੀ ਜਾਂਦੀ ਹੈ। ਪਈ ਰਹਿੰਦੀ ਹੈ ਤੇ ਜਦ ਉਸ ਨੂੰ ਅਨਕੂਲ ਵਾਤਾਵਰਨ ਮਿਲਦਾ ਹੈ ਵਾਤਾਵਰਨ ਮਿਲਦਾ ਹੈ ਤਾਂ ਇਹ ਐਕਟਿਵ ਹੋ ਜਾਂਦੀ ਹੈ ਇਸ ਨੂੰ 8 ਤੋਂ 13 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ ਅੱਗੇ ਵਧਣ ਲਈ ਇਸ ਇਲਾਕਿਆਂ ਵਿੱਚ ਆਉਂਦੀ ਹੈ ਇਹ ਜ਼ਿਆਦਾਤਰ ਫਰਵਰੀ ਤੇ ਮਾਰਚ ਦੇ ਮਹੀਨੇ ਵਿੱਚ ਆਉਂਦੀ ਹੈ ਜਦੋਂ ਹਵਾਵਾਂ ਚੱਲਦੀਆਂ ਹਨ ਤਾਂ ਇਹ ਹੌਲੀ-ਹੌਲੀ ਮੈਦਾਨੀ ਇਲਾਕਿਆਂ ਵਿੱਚ ਆਉਂਦੀ ਹੈ ਇਹ ਜ਼ਿਆਦਾਤਰ ਪਹਿਲਾਂ ਦੱਗੀਆਂ ਦੇ ਵਿੱਚ ਆਉਂਦੀ ਹੈ ਆਪਾਂ ਇਸ ਦੀ ਰੋਕਥਾਮ ਲਈ ਦੱਗੀਆਂ ਦੇ ਤੇ ਸਪਰੇਅ ਕਰਕੇ ਵੀ ਕਰ ਸਕਦੇ ਆ ਤੇ ਇਸ ਦੇ ਆਪਾਂ ਨੂੰ ਕੁਝ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਨੇ ਕਿ ਆਪਾਂ ਜੂਰੀਆ ਦੀ ਇਸਤੇਮਾਲ ਲੋਡ ਅਨੁਸਾਰ ਕਰੀਏ ਵੱਧ ਨਾ ਕਰੀਏ ਤੇ ਜੇ ਇਹ ਬਿਮਾਰੀ ਆਪਣੇ ਖੇਤ ਵਿੱਚ ਆਉਂਦੀ ਹੈ ਤਾਂ ਆਪਣੀ ਪੈਦਾਵਾਰ ਦੇ ਵਿੱਚ 30% ਕਮੀ ਕਰ ਸਕਦੀ ਹੈ ਤੇ ਦਾਣੇ ਬਰੀਕ ਪੈ ਜਾਂਦੇ ਹਨ ਹੁਣ ਗੱਲ ਕਰਦੇ ਆਪਾਂ ਇਸ ਦੇ ਇਲਾਜ ਬਾਰੇ ਜੋ ਕਿ ਨੰਬਰ 1 ਤੇ ਆਪਾਂ ਯੂਨੀਵਰਸਿਟੀ ਵੱਲੋਂ ਜੋ ਪੀਏਯੂ ਦੀਆਂ ਰეკਮੈਂਡ ਵੈਰਾਈਟੀਆਂ ਨੇ ਉਹੀ ਲਗਾਉਣੀਆਂ ਨੇ ਜਿਨ੍ਹਾਂ ਨੂੰ ਕਿ ਇਹ ਪੀਲੀ ਕੁੰਗੀ ਨਹੀਂ ਆਉਂਦੀ ਨੰਬਰ 2 ਤੇ ਆਪਾਂ ਯੂਰੀਆ ਦੀ ਇਸਤੇਮਾਲ ਘਟ ਕਰਨੀ ਹੈ ਲੋਡ ਮੁਤਾਬਕ ਕਰਨੀ ਹੈ ਨੰਬਰ 3 ਤੇ ਆਪਾਂ ਨਜ਼ਰ ਆਉਣ ਤੇ ਬਿਮਾਰੀ ਜੋ ਸਪਰਿਆ ਕਰਨੀਆਂ ਨੇ ਤੇ ਉਹਦੇ ਵਿੱਚ 200 ਮਿਲੀਲੀਟਰ ਪ੍ਰੋਪੀਕੋਨਾਜ਼ੋਲ ਜਾਂ ਟੈਲਟ ਕਰ ਸਕਦੇ ਹਾਂ 200 ਐਮ ਐਲ ਆਪਾਂ ਅਪੇਰਾ ਕਰ ਸਕਦੇ ਹਾਂ ਜਾਂ 120 ਗ੍ਰਾਮ ਨੈਟਿਵੋ ਕਰ ਸਕਦੇ ਹਾਂ ਜਾਂ 200 ਐਮ ਐਲ ਟੈਬੂਕੋਨਾਜ਼ੋਲ ਕਰ ਸਕਦੇ ਹਾਂ ਜੋ ਕਿ ਫੌਲੀ ਕੇਅਰ ਤੇ ਟੈਬੂਜੋਲ ਦੇ ਨਾਮ ਤੇ ਆਉਂਦੀਆਂ ਹਨ ਹੁਣ ਇਹ ਸਪਰੇ ਆਪਣੇ ਲਈ ਇਸ ਟਾਈਮ ਤੇ ਜ਼ਰੂਰੀ ਹੈ ਕਿਉਂਕਿ ਜੇ ਆਪਣਾ ਝੰਡਾ ਪੱਤਾ ਇਸ ਟਾਈਮ ਤੇ ਬਿਮਾਰ ਹੁੰਦਾ ਹੈ ਜਾਂ ਕੋਈ ਉਹਨੂੰ ਬਿਮਾਰੀ ਲੱਗਦੀ ਹੈ ਤਾਂ ਆਪਣਾ ਝਾੜ ਘਟੇਗਾ ਜੇਕਰ ਆਪਾਂ ਹੁਣ ਆਪਣੇ ਝੰਡੇ ਪੱਤੇ ਨੂੰ ਰੋਗ ਰਹਿਤ ਕਰ ਲਾਂਗੇ ਤਾਂ ਉਹ ਭੋਜਨ ਵੱਧ ਬਣਾਏਗਾ ਤੇ ਆਪਣੀ ਝਾੜ ਦੇ ਵਿੱਚ ਵਾਧਾ ਹੋਵੇਗਾ ਜੇ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ